ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦਾ ਨਵਾਂ ਗੀਤ ਮੇਰਾ ਨਾਂ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ। ਇਹ ਗੀਤ YouTube ਤੇ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ। ਇਸ ਦੌਰਾਨ ਪ੍ਰਸਿੱਧ DJ ਕਲਾਕਾਰ ਜੈਸਿਕਾ ਢਿੱਲੋਂ ਉਰਫ DJ ਗੋਡੈਸ ਮਾਨਸਾ ਪਹੁੰਚੀ। ਉਸਨੇ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ। DJ ਗੋਡੈਸ ਨੇ ਸਿੱਧੂ ਮਸੇਵਾਲਾ ਦੇ ਪਿਤਾ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ। ਜਿਸ ਚ ਉਹ ਬਲਕੌਰ ਸਿੰਘ ਦੇ ਪੈਰਛੋਂ ਦੀ ਨਜ਼ਰ ਆ ਰਹੀ ਹੈ ਤਸਵੀਰਾਂ ਸ਼ੇਅਰ ਕਰਦੇ ਹੋਏ ਡੀਜੇ ਕਲਾਕਾਰ ਨੇ ਲਿਖਿਆ ਕਿ ਕੋਈ ਸ਼ਬਦ ਨਹੀਂ ਕੁਝ ਵੀ ਮੈਨੂੰ ਇਹ ਮੁਲਾਕਾਤ ਲਈ ਭਾਵਨਾਤਮਕ ਤੌਰ ਤੇ ਤਿਆਰ ਨਹੀਂ ਕਰ ਸਕਦਾ ਸੀ ਅਸੀਂ ਸਿਰਫ ਦਰਦ ਨੂੰ ਸ਼ਕਤੀ ਵਿੱਚ ਬਦਲਣਾ ਅਤੇ ਸਿੱਧੂ ਦੇ ਪਿਤਾ ਲਈ ਤਾਕਤ ਦੇ ਥੰਮ ਬਣ ਸਕਦੇ ਹਾਂ ਦੱਸ ਦਈਏ ਕਿ ਸਿੱਧੂ ਮਸੇਵਾਲਾ ਦੇ ਰਿਲੀਜ਼ ਹੋਏ ਇਸ ਨਵੇਂ ਗੀਤ ਮੇਰੇ ਨਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਵੌਇਸ ਦੇ ਬੋਲ ਵੀ ਹਨ ਮਸੇਵਾਲਾ ਦੇ ਪਰਿਵਾਰਕ ਮੈਂਬਰ ਕੁਝ ਦਿਨ ਪਹਿਲਾਂ ਹੀ ਬਰਨਾ ਵੌਇਸ ਨੂੰ ਮਿਲੇ ਸਨ ਉਹਨਾਂ ਦੀ ਮੌਤ ਤੋਂ ਬਾਅਦ ਹੋਇਆ ਇਹ ਉਹਨਾਂ ਦਾ ਤੀਜਾ ਗੀਤ ਹੈ ਇਸ ਤੋਂ ਪਹਿਲਾਂ ਐਸਵਾਈਐਲ ਗੀਤ ਨੂੰ ਲੋਕਾਂ ਤੋਂ ਭਰਮਾ ਹੁੰਗਾਰਾ ਮਿਲਿਆ ਸੀ ਹਾਲਾਂਕਿ ਇਸ ਗੀਤ ਉੱਤੇ ਵਿਵਾਦ ਵੀ ਖੜਾ ਹੋ ਗਿਆ ਸੀ ਤੇ ਸਰਕਾਰ ਨੇ ਇਸ ਨੂੰ ਬੈਨ ਵੀ ਕਰ ਦਿੱਤਾ ਸੀ ਇਸ ਤੋਂ ਬਾਅਦ 8 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਵ ਉੱਤੇ ਸਿੱਧੂ ਮੂਸੇਵਾਲਾ ਦਾ ਦੂਸਰਾ ਗੀਤ ਵਾਰਵੀ ਲਾਂਚ ਹੋਇਆ ਮਰਹੂਮ ਪੰਜਾਬੀ ਗਾਇਕ ਨੇ ਇਹ ਗੀਤ ਪੰਜਾਬ ਦੇ ਮਹਾਨ ਜੋਤੇ ਹਰੀ ਸਿੰਘ ਨੜੂਏ ਉੱਤੇ ਗਾਇਆ ਸੀ